ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਖਾਸ ਮੁਲਾਕਾਤ, ਜਿਸ ਵਿੱਚ ਕਿਸੇ ਖਾਸ ਦੇ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਕੁਝ ਖਾਸ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੋ ਇੰਡੀਆ ਤੋਂ ਵਿਜ਼ਿਟਰ ਵੀਜ਼ਾ ਵਾਲੇ ਜਾਂ ਫਿਰ ਜੋ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ, ਇਸ ਵਿਸ਼ੇ ਦੇ ਉੱਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲੱਗੇ ਹਾਂ। ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਬਹੁਤ ਹੀ ਮਾਹਿਰ ਜਿਹੜੇ ਪਰਸਨ ਨੇ ਉਹ ਮੌਜੂਦ ਨੇ। ਪਹਿਲਾਂ ਮੈਂ ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾ ਦਿੰਦੀ ਹਾਂ। ਜੋ ਮੇਰੇ ਨਾਲ ਮੌਜੂਦ ਨੇ ਦੀਦਾਰ ਸਿੰਘ ਜੀ, ਉਹ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨੇ, ਤੇ ਉਹਨਾਂ ਦੇ ਨਾਲ ਨਾਲ ਐਡਵੋਕੇਟ ਰਾਕੇਸ਼ ਸ਼ਰਮਾ ਜੀ ਵੀ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਆਪਾਂ ਤਮਾਮ ਜਾਣਕਾਰੀ ਇਮੀਗ੍ਰੇਸ਼ਨ ਦੇ ਸੰਬੰਧੀ ਇਕੱਠੀ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਮੇਰੇ ਵੱਲੋਂ ਸਮੂਹ ਹਮਦਰਦ ਟੀਮ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਸੱਤ ਸਮੁੰਦਰੋਂ ਪਾਰ ਆਪਣੀ ਆਡੀਅੰਸ ਦੇ, ਆਪਣੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਕੀ ਹਾਲ ਚਾਲ? ਬਹੁਤ ਵਧੀਆ ਜੀ, ਕਿਰਪਾ ਪਰਮਾਤਮਾ ਦੀ। ਬਹੁਤ ਵਧੀਆ ਜੀ। ਜੀ, ਤੇ ਕੈਨੇਡਾ ਆ ਕੇ ਬ੍ਰੈਂਪਟਨ ਦੇ ਵਿੱਚ ਆਏ ਹੋ, ਕਿਵੇਂ ਲੱਗਿਆ? ਪਹਿਲਾਂ ਤਾਂ ਇਹਦੀ ਗੱਲ ਕਰੀਏ। ਮੈਮ, ਕੈਨੇਡਾ ਬਹੁਤ ਵੈਲਕਮਿੰਗ ਨੇਚਰ ਕੰਟਰੀ ਹੈਗੀ ਆ ਔਰ ਗਰੋਥ ਦੀਆਂ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ। ਕਿਤੇ ਨਾ ਕਿਤੇ ਜਿਹੜੀਆਂ ਬੈਡ ਨਿਊਜ਼ ਕੈਨੇਡਾ ਨੂੰ ਲੈ ਕੇ ਤਮਾਮ ਅਲੱਗ ਅਲੱਗ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਪਹੁੰਚ ਜਾਂਦੀਆਂ, ਮੈਂ ਮੀਡੀਆ ਪਲੇਟਫਾਰਮ ਨਹੀਂ, ਆਪਾਂ ਸੋਸ਼ਲ ਮੀਡੀਆ ਪਲੇਟਫਾਰਮ ਕਹਿ ਲੈਂਦੇ ਹਾਂ, ਹੈ ਨਾ, ਤਾਂ ਕਿਤੇ ਨਾ ਕਿਤੇ ਨਾ ਨੈਗਟਿਵ ਪਹਿਲੂ ਜ਼ਿਆਦਾ ਦਿਖਾਇਆ ਜਾਂਦਾ, ਕਿਉਂਕਿ ਉਹਦੇ 'ਚ ਕੋਈ ਵੀ ਅਨਪ੍ਰੋਫੈਸ਼ਨਲ ਲੋਕ ਹੁੰਦੇ ਆ ਜਿਹੜੇ ਰੀਲਾਂ ਬਣਾਉਂਦੇ ਆ, ਉਹ ਇੱਕ ਪਹਿਲੂ ਦੇਖਦੇ ਆ। ਮੈਨੂੰ ਲੱਗਦਾ ਕੋਈ ਵੀ ਬੰਦਾ ਜਦੋਂ ਕੈਨੇਡਾ ਆਉਂਦਾ ਤਾਂ ਸਭ ਤੋਂ ਪਹਿਲਾ ਨਜ਼ਰੀਆ ਜਿਹੜਾ ਉਹਦਾ ਬਣਦਾ ਉਹਨੂੰ ਰਿਸੀਵ ਕੌਣ ਕਰ ਰਿਹਾ। ਜੇ ਤਾਂ ਉਹਨੂੰ ਨੈਗਟਿਵ ਐਨਰਜੀ ਵਾਲਾ ਬੰਦਾ ਰਿਸੀਵ ਕਰ ਰਿਹਾ ਏਅਰਪੋਰਟ ਤੋਂ ਤਾਂ ਕਿਤੇ ਨਾ ਕਿਤੇ ਉਹਦਾ ਇੰਪੈਕਟ ਆ ਜਿਹੜਾ ਉਹ ਨੈਗਟਿਵ ਹੁੰਦਾ। ਜੇ ਉਹ ਪੋਜ਼ਿਟਿਵ ਵਾਈਬਸ ਵਾਲਾ ਬੰਦਾ ਉਹਨੂੰ ਰਿਸੀਵ ਕਰ ਰਿਹਾ ਤੇ ਉਹ ਖੁਦ ਪੋਜ਼ਿਟਿਵ ਵਾਈਬਸ ਲੈ ਕੇ ਆ ਰਿਹਾ ਤਾਂ ਮੈਨੂੰ ਲੱਗਦਾ ਵੀ ਬਹੁਤ ਹੀ ਵੈਲਕਮਿੰਗ ਨੇਚਰ ਆ। ਅਗਰ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਆ, ਤੁਹਾਡੀ ਨੀਅਤ ਸਾਫ ਹੈਗੀ ਆ, ਤਾਂ ਗਰੋਥ ਦੀਆਂ ਬਹੁਤ ਸਾਰੀਆਂ ਅਪਰਚੁਨਿਟੀਜ਼ ਇਹਨਾਂ ਮੁਲਕਾਂ ਦੇ ਵਿੱਚ ਹੈਗੀਆਂ ਜੀ। ਬਿਲਕੁਲ, ਤੇ ਇਹਦੇ ਨਾਲ ਜੋ ਆਪਾਂ ਅੱਜ ਡਿਸਕਸ਼ਨ ਕਰਨੀ ਹੈ ਇਮੀਗ੍ਰੇਸ਼ਨ ਦੀ, ਉਹਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਚਾਹੂੰਗੀ ਜਿੰਨੇ ਦਰਸ਼ਕ ਦੇਖ ਰਹੇ ਨੇ, ਵੈਸੇ ਤੁਹਾਨੂੰ ਜਾਣਦੇ ਹੀ ਹੋਣੇ ਆ ਹਮਦਰਦ ਟੀਵੀ ਤੇ, ਤੁਸੀਂ ਪਹਿਲਾਂ ਵੀ ਆ ਚੁੱਕੇ ਹੋ, ਇੱਕ ਵਾਰੀ ਆਪਣੇ ਆਪ ਨੂੰ ਇੰਟਰੋਡਿਊਸ ਕਰ ਦਿਓ, ਤੁਹਾਡਾ ਐਕਸਪੀਰੀਅੰਸ ਸਭ ਕੁਝ ਦੱਸ ਦਿਓ ਇੱਕ ਵਾਰੀ। ਮੈਂ ਇਮੀਗ੍ਰੇਸ਼ਨ ਫੀਲਡ ਦੇ ਵਿੱਚ ਪਿਛਲੇ 15 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਜੀ ਪੰਜਾਬ ਦੇ ਵਿੱਚ, ਔਰ ਬਾਈ ਪ੍ਰੋਫੈਸ਼ਨ ਮੈਂ ਐਡਵੋਕੇਟ ਹਾਂ, ਬਾਰ ਮੈਂਬਰ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ, ਔਰ ਅਲੱਗ ਅਲੱਗ ਆਪਾਂ ਲੀਗਲ ਮੁੱਦਿਆਂ ਤੇ, ਚਾਹੇ ਉਹ ਕਿਸਾਨੀ ਅੰਦੋਲਨ ਵੇਲੇ ਸੀ, ਚਾਹੇ ਉਸ ਤੋਂ ਬਾਅਦ ਕਾਫੀ ਜਿਹੜੀਆਂ ਅਲੱਗ ਅਲੱਗ ਡਿਬੇਟਸ ਆਈਆਂ ਉਹਨਾਂ ਤੇ ਹਮਦਰਦ ਮੀਡੀਆ ਨੇ ਸਮੇਂ ਸਮੇਂ ਤੇ ਬਹੁਤ ਪਿਆਰ ਸਤਿਕਾਰ ਬਖਸ਼ਿਆ ਤੇ ਆਪਣੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੇ ਨਾਲੇ ਰਾਕੇਸ਼ ਜੀ, ਤੁਸੀਂ ਵੀ ਇੱਕ ਵਾਰੀ ਆਪਣੀਆਂ ਡਿਟੇਲ ਸਾਂਝੀਆਂ ਕਰ ਦਿਓ ਜੀ। ਮੇਰਾ ਨਾਮ ਐਡਵੋਕੇਟ ਰਾਕੇਸ਼ ਸ਼ਰਮਾ, ਮੈਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ। ਹਮਦਰਦ ਟੀਵੀ ਨਾਲ ਤਕਰੀਬਨ ਸਾਡਾ ਪੁਰਾਣਾ ਨਾਤਾ ਹੈ, ਕੋਈ ਵੀ ਮਤਲਬ ਬੇਸਿਕ ਜਿਹੜੇ ਮੁੱਦੇ ਨੇ ਉਹਨਾਂ 'ਤੇ ਡਿਬੇਟ ਹੁੰਦੀ ਤਾਂ ਸਾਨੂੰ ਹਮਦਰਦ ਟੀਵੀ ਵੱਲੋਂ ਖਾਸ ਰੂਬਰੂ ਦਾ ਮੌਕਾ ਦਿੱਤਾ ਜਾਂਦਾ, ਇਸ ਲਈ ਅਸੀਂ ਹਮਦਰਦ ਟੀਵੀ ਦੀ ਸਾਰੀ ਟੀਮ ਅਤੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ। ਜੀ, ਅਤੇ ਇਹਦੇ ਨਾਲ ਹੀ ਦੀਦਾਰ ਸਿੰਘ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ, ਜੋ ਕੈਨੇਡੀਅਨ ਇਮੀਗ੍ਰੇਸ਼ਨ ਪ੍ਰੈਕਟਿਸ ਹੈਗੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਜੋ RCIC ਹੈਗੇ ਨੇ ਉਹੀ ਉਹਦੇ ਵਿੱਚ ਮੈਂਬਰ ਜਿਹੜੇ RCIC ਦੇ ਨੇ ਉਹੀ ਕਰ ਸਕਦੇ ਨੇ ਜਿਹੜੀ ਪ੍ਰੈਕਟਿਸ ਹੈ, ਤਾਂ ਕੀ ਇਹ ਸੱਚੀ ਇੱਦਾਂ ਹੀ ਹੁੰਦਾ ਆ? ਗੁਰਜੀਤ ਜੀ, ਇਹਦੇ 'ਚ ਨਾ ਇੱਕ ਬਹੁਤ ਵੱਡਾ ਵਹਿਮ ਆ। ਬਹੁਤ ਸਾਰੇ RCIC ਮੈਂਬਰ ਅੱਜ ਅਜਿਹੀ ਪੋਜੀਸ਼ਨ ਦੇ ਵਿੱਚ ਆ ਜਿਹੜੇ ਇੰਡੀਆ ਐਂਟਰੀ ਨਹੀਂ ਲੈ ਸਕਦੇ, ਕਿਉਂਕਿ ਕੈਨੇਡਾ ਦਾ ਕਲਚਰ, ਕੈਨੇਡਾ ਦਾ ਐਨਵਾਇਰਮੈਂਟ, ਕੈਨੇਡਾ ਦਾ ਵੇ ਆਫ ਵਰਕਿੰਗ, ਕੈਨੇਡਾ ਦਾ ਸਟਾਈਲ ਆਫ ਪ੍ਰੈਕਟਿਸ ਇਜ਼ ਟੋਟਲੀ ਡਿਫਰੈਂਟ ਦੈਨ ਇੰਡੀਆ। ਇੱਥੇ ਤੁਹਾਡਾ ਸਮਾਂ ਵਿਕਦਾ,
ਇੰਡੀਆ ਦੇ ਵਿੱਚ ਤੁਹਾਡੀ ਇੱਜ਼ਤ ਤੇ ਤੁਹਾਡੀ ਫੇਸ ਵੈਲਿਊ ਦੇ ਹਿਸਾਬ ਨਾਲ ਕਲਾਇੰਟ ਆਉਂਦਾ। ਇਹ ਕੀ ਆ ਵੀ ਅਸੀਂ ਆਪਣੀ ਸਰਵਿਸ ਦਿੱਤੀ ਤੇ ਪੈਸੇ ਲਏ। ਇੰਡੀਆ ਦੇ ਵਿੱਚ ਰੈਲੀ ਇਟ ਇਜ਼ ਵੈਰੀ ਡਿਫਿਕਲਟ ਟੂ ਡੂ ਜੋਬ ਇਨ ਸਰਵਿਸ ਇੰਡਸਟਰੀ ਜਿੰਨਾ ਚਿਰ ਕਲਾਇੰਟ ਸੈਟੀਸਫਾਈਡ ਨਹੀਂ ਹੁੰਦਾ, ਕੈਨੇਡਾ ਪਹੁੰਚ ਕੇ ਲੈਂਡ ਨਹੀਂ ਕਰ ਦਿੰਦਾ, ਉਹਨਾਂ ਚਿਰ ਸਾਨੂੰ ਜਿਹੜੀ ਹੈਗੀ ਆ ਆਪਣੀ ਸਰਵਿਸ ਨੂੰ ਅਸੀਂ ਕੰਪਲੀਟ ਨਹੀਂ ਸਮਝ ਸਕਦੇ। ਉੱਥੇ ਰਿਸਪੋਂਸੀਬਿਲਟੀ ਕੰਪੇਅਰ ਟੂ ਕੈਨੇਡਾ ਬਹੁਤ ਜ਼ਿਆਦਾ ਹੈਗੀ ਆ। ਹੁਣ ਗੱਲ ਕਰੀਏ ਵੀ ਬਹੁਤ ਸਾਰੇ RCIC ਮੈਂਬਰ ਇਸ ਚੀਜ਼ ਨੂੰ ਕੈਸ਼ ਕਰਦੇ ਨੇ, ਇਸ ਚੀਜ਼ ਨੂੰ ਪੋਰਟਰੇ ਕਰਦੇ ਨੇ ਇੰਡੀਅਨ ਕਲਾਇੰਟ ਨੂੰ, ਕਿਉਂਕਿ ਮਾਰਕੀਟ ਤਾਂ ਉੱਥੇ ਆ, ਠੀਕ ਹੈ ਨਾ, ਕਿ ਤੁਸੀਂ ਆਪਣੀ ਫਾਈਲ RCIC ਮੈਂਬਰ ਤੋਂ ਲਗਵਾਓ, RCIC ਮੈਂਬਰ ਹੀ ਤੁਹਾਨੂੰ ਸਹੀ ਸਲਾਹ ਦੇ ਸਕਦਾ। RCIC ਕੈਂਡੀਡੇਟਸ ਇੱਕ ਸਪੈਸੀਫਿਕ ਇਮੀਗ੍ਰੇਸ਼ਨ ਇੰਡਸਟਰੀ ਦੀ ਪੜ੍ਹਾਈ ਕੀਤੀ, ਉਹਨਾਂ ਨੇ ਉਹ ਇੱਕ ਸਬਜੈਕਟ ਤੇ ਵਰਕ ਕਰਦੇ ਨੇ। ਜਦੋਂ ਅਸੀਂ ਲਾਅ ਕਰਦੇ ਤਾਂ ਲਾਅ ਇੱਕ ਬਹੁਤ ਵੱਡਾ ਸਮੁੰਦਰ ਆ, ਠੀਕ ਹੈ ਜੀ। RCIC ਮੈਂਬਰ ਕੋਲ ਪੰਜਾਬ ਦੇ ਵਿੱਚ ਪ੍ਰੈਕਟਿਸ ਕਰਨ ਦਾ ਲਾਇਸੈਂਸ ਨਹੀਂ ਹੈਗਾ, ਉਹ ਪੰਜਾਬ ਦੀ ਗਵਰਨਮੈਂਟ ਤੋਂ ਲਾਇਸੈਂਸ ਸ਼ੁਦਾ ਨਹੀਂ ਹੈਗੇ। ਅਗਰ ਉਹ ਵਰਕ ਪਰਮਿਟ ਕਰਦੇ ਨੇ ਤਾਂ ਉਹ ਕੈਨੇਡੀਅਨ ਮਿਨਿਸਟਰੀ ਆਫ ਮੈਨ ਪਾਵਰ ਤੋਂ ਲਾਇਸੈਂਸ ਸ਼ੁਦਾ ਨਹੀਂ ਹੈਗੇ। ਇਹ ਇੱਕ ਇੰਟਰਨੈਸ਼ਨਲ ਸਬਜੈਕਟ ਆ, ਠੀਕ ਹੈ ਜੀ। ਜਾਂ ਤਾਂ ਬਹੁਤ ਵੱਡੀ ਕੋਈ ਕੰਪਨੀ ਹੈਗੀ ਆ ਜਿਹਦੇ ਕੋਲ ਇੰਡੀਆ ਦੇ ਵਿੱਚ ਵੀ ਲਾਇਸੈਂਸ ਹੈਗੇ ਆ ਔਰ ਕੈਨੇਡੀਅਨ ਮੈਂਬਰਸ ਵੀ ਉਹਦੇ ਪੈਨਲ ਤੇ ਹੈਗੇ ਆ। ਹੁਣ ਸਾਡੇ ਦਫ਼ਤਰ ਦੇ ਵਿੱਚ ਪਿਛਲੇ 15 ਸਾਲਾਂ ਤੋਂ ਇਸ ਇੰਡਸਟਰੀ 'ਚ ਸੇਵਾਵਾਂ ਨਿਭਾ ਰਹੇ ਹਾਂ। ਮੇਰੇ ਕੋਲ 15 ਸਾਲਾਂ ਦੇ ਵਿੱਚ ਲਗਭਗ 4 ਤੋਂ 5 ਬੱਚੀਆਂ ਇੱਦਾਂ ਦੀਆਂ ਜਿਨ੍ਹਾਂ ਨੇ 2 ਸਾਲ 3 ਸਾਲ ਸਾਡੇ ਕੋਲ ਕੰਮ ਕੀਤਾ, ਬਾਅਦ 'ਚ ਉਹਨਾਂ ਦਾ ਮਾਈਗ੍ਰੇਸ਼ਨ ਦਾ ਮੂਡ ਬਣਿਆ ਅਤੇ ਉਹ ਅੱਜ ਕੈਨੇਡਾ ਦੇ ਵਿੱਚ ਆ ਕੇ RCIC ਲਾਇਸੈਂਸ ਹੋਲਡਰ ਨੇ। ਹੈ ਤਾਂ ਉਹ ਸਾਡੇ ਬੱਚੇ ਨਾ, ਉਹਨਾਂ ਨੇ ਸਾਡੇ ਤੋਂ ਕੰਮ ਸਿੱਖਿਆ, ਅੱਜ ਉਹ ਇੱਥੇ ਆ ਗਏ, ਚਾਹੇ ਉਹਨਾਂ ਨੇ ਲਾਇਸੈਂਸ ਲਿਆ, ਠੀਕ ਆ। ਬਟ ਉਹ ਕੀ ਕਹਿੰਦੇ ਹੁੰਦੇ ਵੀ ਉਸਤਾਦ ਉਸਤਾਦ ਹੀ ਰਹਿੰਦਾ, ਠੀਕ ਆ। ਦੂਸਰੀ ਗੱਲ ਇਹਦੇ 'ਚ ਇਹ ਆ ਕਿ ਹੁਣ ਹੋਰ ਬਹੁਤ ਸਾਰੇ ICEF ਦੇ PIER ਜਾਂ ਹੋਰ ਬਹੁਤ ਸਾਰੇ ਡਿਪਲੋਮੇ ਆ ਗਏ ਨੇ, ਠੀਕ ਆ, ਜਿਹੜੇ ਡਿਪਲੋਮੇ ਜਿਨ੍ਹਾਂ ਦੇ ਕੋਈ ਇੰਟਰਨੈਸ਼ਨਲ ਵੱਡਾ ਚੈੱਕ ਨਹੀਂ ਹੈਗਾ, ਉਹ ਵੀ ਆਪਣੇ ਆਪ ਨੂੰ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਇਮੀਗ੍ਰੇਸ਼ਨ ਕਾਉਂਸਲਰ ਪੈਦਾ ਕਰ ਰਹੇ ਨੇ। ਬਟ ਤੁਹਾਡਾ ਤਜਰਬਾ ਕਿੰਨਾ ਔਰ ਤੁਹਾਡੀ ਲਾਅ ਦੀ ਪੜ੍ਹਾਈ ਕਿੰਨੀ ਆ, ਠੀਕ ਹੈ ਜੀ। ਤੁਸੀਂ RCIC ਮੈਂਬਰ ਦੀਆਂ ਸੇਵਾਵਾਂ ਹਾਇਰ ਕਰ ਸਕਦੇ ਹੋ, ਲੈ ਸਕਦੇ ਹੋ, ਬਟ ਜਦੋਂ ਤੁਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਕੰਮ ਕਰਨਾ ਤਾਂ ਤੁਸੀਂ ਠੱਪਾ ਨਹੀਂ ਲਾ ਸਕਦੇ ਕਿ ਆਹ ਹੀ ਬੰਦਾ ਇੱਥੇ ਇਸ ਤਰੀਕੇ ਨਾਲ ਪ੍ਰੈਕਟਿਸ ਕਰ ਸਕਦਾ। ਇਹ ਆਪੋ ਆਪਣੇ ਥੋੜੇ ਜਿਹੇ ਮਾਰਕੀਟਿੰਗ ਸਟ੍ਰੈਟਜੀ ਲੋਕਾਂ ਦੀ ਹੈਗੀ ਆ। ਮੈਂ ਪਬਲਿਕ ਪਲੇਟਫਾਰਮ ਤੇ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਅੱਜ ਵੀ 8 ਤੋਂ 10 RCIC ਮੈਂਬਰਾਂ ਦੇ ਨਾਮ ਬੋਲ ਦੂੰਗਾ ਜੀ ਕੈਨੇਡਾ 'ਚ ਬੈਠਾ, ਜਿਹੜੇ ਇੰਡੀਆ ਦੀ ਮਾਰਕੀਟ 'ਚ ਆਪਣਾ ਮੂੰਹ ਲੁਕੋ ਕੇ ਭੱਜ ਰਹੇ ਆ। ਉਹਨਾਂ ਨੇ ਕਲਾਇੰਟ ਦੇ ਨਾਲ ਚਾਹੇ ਪਰਮਾਨੈਂਟ ਰੈਜ਼ੀਡੈਂਸੀ ਦੇ ਨਾਂ ਤੇ, ਚਾਹੇ ਇੱਥੋਂ ਪ੍ਰਾਈਵੇਟ ਕਾਲਜ ਲਿਜਾ ਕੇ ਵੇਚਣ ਦੇ ਨਾਂ ਤੇ, ਚਾਹੇ ਵਰਕ ਪਰਮਿਟ ਦੇ ਨਾਂ ਤੇ ਫਰਾਡ ਕੀਤੇ ਹੋਏ, ਅੱਜ ਉਹ ਇੰਡੀਆ ਜਾਂਦੇ ਤਾਂ ਲੁਕ ਲੁਕ ਕੇ ਜਾਂਦੇ ਆ। ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਉਹ ਓਪਨਲੀ ਕਿਸੇ ਪਬਲਿਕ ਪਲੇਟਫਾਰਮ ਤੇ ਗੱਲ ਨਹੀਂ ਕਰ ਸਕਦੇ, ਠੀਕ ਆ। ਉਸੋ ਹਰ ਫੀਲਡ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ, ਮੈਂ ਸਾਰੇ ਮੈਂਬਰਸ ਦੀ ਇੱਜ਼ਤ ਕਰਦਾ ਪਰ ਸਾਰਿਆਂ ਲਈ ਇਹ ਸ਼ਬਦ ਨਹੀਂ ਵਰਤਦਾ ਜਿਹੜੇ ਮੈਂ ਪਹਿਲਾਂ ਵਰਤ ਚੁੱਕਿਆ। ਸੋ ਕੁਝ ਲੋਕ ਹੈਗੇ ਆ ਇੰਡਸਟਰੀ ਦੇ ਵਿੱਚ ਜਿਨ੍ਹਾਂ ਕਰਕੇ ਪੂਰੀ ਦੀ ਪੂਰੀ ਇੰਡਸਟਰੀ ਬਦਨਾਮ ਹੁੰਦੀ ਆ, ਠੀਕ ਆ। ਸੇਮ ਜਿੱਦਾਂ ਆਪਾਂ ਪਹਿਲਾਂ ਸਟੂਡੈਂਟ ਦੀ ਗੱਲ ਕਰਦੇ, ਕੁਛ ਕੁ ਸਟੂਡੈਂਟਾਂ ਕਰਕੇ ਪੂਰੀ ਦੀ ਪੂਰੀ ਕਮਿਊਨਿਟੀ ਬਦਨਾਮ ਹੁੰਦੀ ਹੈ। ਸੋ ਜਿਹੜੇ ਲੋਕ ਜਿਹੜੇ ਵੀ ਪ੍ਰੋਫੈਸ਼ਨ ਦੇ ਵਿੱਚ ਹੈਗੇ ਆ, ਤੁਹਾਨੂੰ ਆਪਣੀ ਸੈਲਫ ਰਿਸਪੈਕਟ ਨਾਲੋਂ ਪਹਿਲਾਂ ਪ੍ਰੋਫੈਸ਼ਨ ਦੀ ਰਿਸਪੈਕਟ ਤੇ ਉਸ ਮਤਲਬ ਪੇਸ਼ੇ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦਾ ਵੀ ਖਿਆਲ ਰੱਖਣਾ ਚਾਹੀਦਾ ਜੀ। ਬਿਲਕੁਲ, ਤੇ ਇਹਨਾਂ ਲਈ ਰਾਕੇਸ਼ ਜੀ ਨੂੰ ਤੁਹਾਡੇ ਤੋਂ ਪੁੱਛਣਾ ਚਾਹੂੰਗੀ, ਜਿਵੇਂ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਖਤਾਈ ਕਰ ਦਿੱਤੀ ਗਈ ਆ ਹੁਣ, ਤਾਂ ਤੁਸੀਂ ਇੰਡੀਆ ਦੇ ਵਿੱਚ ਦੱਸ ਸਕਦੇ ਹੋ ਕਿ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ, ਵਿਜ਼ਟਰ ਵੀਜ਼ਾ ਨੇ, ਉੱਥੇ ਕੀ ਚਰਚਾ ਹੁੰਦੀ ਹੈ ਇਹਨਾਂ ਨੂੰ ਲੈ ਕੇ ਜੀ? ਹਰ ਇੱਕ ਉਹ ਸਟੂਡੈਂਟ ਜਿਸਦਾ ਸੁਪਨਾ ਕੈਨੇਡਾ ਵਿੱਚ ਆਉਣ ਦਾ ਹੈ, ਆ ਕੇ ਪੜ੍ਹਨ ਦਾ ਹੈ, ਜਾਂ ਇੱਥੇ ਆ ਕੇ ਵੈਲ ਸੈਟਲ ਹੋਣ ਦਾ, ਤਾਂ ਉਹਦੇ ਵਿੱਚ ਬੇਸਿਕਲੀ 2 ਤੋਂ 3 ਗੱਲਾਂ ਅੱਗੇ ਸਾਹਮਣੇ ਆਉਂਦੀਆਂ ਨੇ ਕਿ ਪੇਰੈਂਟਸ ਨੂੰ ਉਹਨਾਂ ਬਾਰੇ
ਉਹਨਾਂ ਦੀ ਹਾਲਾਤਾਂ ਬਾਰੇ ਨੌਲੇਜ ਹੋਣੀ ਚਾਹੀਦੀ ਆ ਕਿ ਸਾਡਾ ਬੱਚਾ ਜੋ ਅੱਜ ਇੱਥੋਂ ਕੈਨੇਡਾ ਜਾ ਰਿਹਾ, ਕੈਨੇਡਾ ਜਾ ਕੇ ਪੜੂਗਾ, ਅੱਗੇ ਕੰਮ ਕਰੂਗਾ, ਉਹਦੇ ਕੋਲ ਬੇਸਿਕਲੀ ਸਕਿੱਲ ਕੀ ਨੇ। ਅਗਰ ਉਸਦੇ ਕੋਲ ਬੇਸਿਕ ਸਕਿੱਲਸ ਹੈਗੇ ਨੇ ਤਾਂ ਕੈਨੇਡਾ ਵਰਗੀਆਂ ਕੰਟਰੀ ਦੇ ਵਿੱਚ ਕੰਮ ਦੀ ਕਿਤੇ ਕਮੀ ਨਹੀਂ ਹੈਗੀ। ਹਰ ਇੱਕ ਉਹ ਬੱਚਾ ਜਦੋਂ ਆਪਦੀ ਸਟੱਡੀ ਕੰਪਲੀਟ ਕਰਦਾ, ਸਟੱਡੀ ਕੰਪਲੀਟ ਕਰਨ ਤੋਂ ਬਾਅਦ ਉਹ ਆਪਣਾ ਆਇਲਸ ਤੇ ਟਾਈਮ ਲਾਉਂਦਾ, ਆਇਲਸ ਦੇ ਟਾਈਮ ਦੇ ਨਾਲ ਨਾਲ ਉਸਨੂੰ ਕੁਛ ਨਾ ਕੁਛ ਬੇਸਿਕ ਸਕਿੱਲ ਸਿੱਖਣ ਦੀ ਲੋੜ ਹੈ, ਜਿਸ ਦੇ ਨਾਲ ਬੇਸਿਕ ਜਿਹੜਾ ਆਪਣਾ ਉਹ ਕੰਮ ਦਾ ਗੁਜ਼ਾਰਾ ਕਰ ਸਕਦਾ ਤੇ ਆਪਣਾ ਕੰਮ ਕੈਨੇਡਾ ਜਾ ਕੇ ਕਰ ਸਕਦਾ। ਸੋਰੀ, ਮੈਂ ਇੱਥੇ ਇੱਕ ਐਡ ਕਰਨਾ ਚਾਹੂੰਗਾ ਗੁਰਜੀਤ ਜੀ। ਬਹੁਤ ਸਾਰੇ ਨਾ ਪਹਿਲਾਂ ਬੱਚੇ ਚੰਡੀਗੜ੍ਹ ਆਈਲੈਟਸ ਕਰਨ ਆਉਂਦੇ ਸੀ, ਜੇ ਆਪਾਂ 10 ਸਾਲ ਪਿੱਛੇ ਦੀ ਗੱਲ ਕਰੀਏ, 12 ਸਾਲ ਪਿੱਛੇ ਦੀ। ਹੁਣ ਸਾਡੇ ਛੋਟੇ ਛੋਟੇ ਪਿੰਡਾਂ ਦੇ ਵਿੱਚ, ਮੰਡੀਆਂ ਦੇ ਵਿੱਚ ਵੀ ਆਈਲੈਟਸ ਦੇ ਜਿਹੜੇ ਆ ਇੰਸਟੀਚਿਊਟ ਬਣ ਗਏ। ਚਲੋ ਉੱਥੇ ਵੀ ਬਹੁਤ ਲੋਕਾਂ ਨੇ ਤਰੱਕੀ ਕੀਤੀ, ਆਪਣਾ ਕਾਰੋਬਾਰ ਖੋਲ੍ਹਣ ਦਾ ਹਰ ਕਿਸੇ ਨੂੰ ਹੱਕ ਆ। ਬਟ ਮੇਰੀ ਪੇਰੈਂਟਸ ਨੂੰ ਸਲਾਹ ਕਿ ਜਦੋਂ ਪਲੱਸ ਟੂ ਤੋਂ ਬਾਅਦ ਹਰ ਕੈਂਡੀਡੇਟ ਕੋਈ ਸਾਲ ਦਾ ਗੈਪ ਆ, ਕੋਈ 1.5 ਸਾਲ ਦਾ, 6 ਮਹੀਨੇ ਜਾਂ 3 ਮਹੀਨੇ 'ਚ ਬੱਚਾ ਆਈਲੈਟਸ ਕਰਦਾ ਨਾ, 3 ਜਾਂ 6 ਮਹੀਨੇ ਉਹਨਾਂ ਨੂੰ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਿਵੇਂ ਚੰਡੀਗੜ੍ਹ, ਜਲੰਧਰ, ਲੁਧਿਆਣਾ, ਦਿੱਲੀ, ਨੋਇਡਾ, ਗੁੜਗਾਓਂ ਭੇਜ ਦਿਓ 1 ਮਹੀਨੇ ਦਾ ਖਰਚਾ ਦੇ ਕੇ ਕਿ ਬੱਚੇ ਤੂੰ ਜਾ, ਤੂੰ 6 ਮਹੀਨੇ ਸਰਵਾਈਵ ਕਰਕੇ ਦਿਖਾ, ਆਪਣੇ ਆਪ ਲਈ ਕੰਮ ਲੱਭ ਕੇ ਦਿਖਾ ਤੂੰ ਕੀ ਕੰਮ ਕਰਦਾ, ਤੈਨੂੰ ਪਤਾ ਲੱਗੇ ਕਿ ਇੱਕ ਵੱਡੇ ਸ਼ਹਿਰ ਦੇ ਕਲਚਰ ਦੇ ਵਿੱਚ ਕਿਸ ਤਰ੍ਹਾਂ ਸਰਵਾਈਵ ਕਰਨਾ, ਕਿਸ ਤਰ੍ਹਾਂ ਲੋਕਾਂ ਨਾਲ ਮਿਲਣਾ, ਕਿੱਦਾਂ ਜੋਬ ਲੱਭਣੀ ਹੈ, ਕਿੱਦਾਂ ਰਹਿਣਾ, ਤੈਨੂੰ ਇੰਡੀਪੈਂਡੈਂਟ ਰਹਿਣਾ ਤਾਂ ਅਜੇ, ਕਿਉਂਕਿ ਹੁਣ ਲੋਕਾਂ ਦੇ ਨਾ ਇੱਕ ਇੱਕ ਜਵਾਕ ਆ, ਚਾਹੇ ਉਹ ਬੇਟੀ ਆ ਚਾਹੇ ਬੇਟਾ, ਮੁਹੱਬਤ ਨਾਲ ਇੰਨੇ ਕੁ ਵਿਗਾੜੇ ਹੋਏ ਆ ਕਿ ਉਹਨਾਂ ਨੂੰ ਆਪਣੇ ਆਪ ਨੂੰ ਮੈਨੇਜ ਹੀ ਕਰਨਾ ਨਹੀਂ ਆਉਂਦਾ, ਘਰ ਤੋਂ ਬਾਹਰ ਰਹਿਣਾ ਕਿੱਦਾਂ ਇਹ ਨਹੀਂ ਪਤਾ। ਇਹ ਇੱਕ ਬਹੁਤ ਵੱਡਾ ਕਾਰਨ ਆ ਕਿ ਉਹ ਜਦੋਂ ਕਿਤੇ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਆ ਤਾਂ ਉਹ ਸਟ੍ਰੈਸ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਨੂੰ ਸੈਲਫ ਰਿਸਪੋਨਸਿਬਿਲਿਟੀਜ਼ ਦਾ ਉਹਨਾਂ ਪਤਾ ਹੀ ਨਹੀਂ ਹੈਗਾ। ਸੋ ਉਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਲਈ ਥੋੜੀ ਜਿਹੀ ਜਿਹੜੀ ਉਹਨਾਂ ਦੇ ਮੋਢਿਆਂ ਦੇ ਭਾਰ ਆ ਥੋੜਾ ਥੋੜਾ ਕਰਕੇ ਪਾਉਣਾ ਸ਼ੁਰੂ ਕਰਨ ਤਾਂ ਉਹ ਜ਼ਿਆਦਾ ਵਧੀਆ ਹੋਵੇ। ਜੀ ਅੱਛਾ, ਕੀ ਤੁਹਾਨੂੰ ਹਜੇ ਵੀ ਲੱਗਦਾ ਕਿ ਜਿਹੜੇ ਪਲੱਸ ਟੂ ਗ੍ਰੇਡ ਵਾਲੇ ਨੇ ਉਹਨਾਂ ਨੂੰ ਕੈਨੇਡਾ ਆਉਣਾ ਚਾਹੀਦਾ ਆ ਜਾਂ ਫਿਰ ਗ੍ਰੈਜੂਏਸ਼ਨ ਕਰਕੇ ਆਉਣਾ ਚਾਹੀਦਾ, ਕੀ ਕਹਿਣਾ ਚਾਹੋਗੇ? ਤੇ ਦੇਖੋ ਜੀ, ਜਿਹੜੇ ਵਾਕਈ ਐਜੂਕੇਸ਼ਨ ਦਾ ਸੁਪਨਾ, ਜਿਹੜੇ ਪੇਰੈਂਟਸ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਅਫੋਰਡ ਕਰ ਸਕਦੇ ਆ, ਮੈਂ ਚਾਹੁੰਦਾ ਵੀ ਪਲੱਸ ਟੂ ਵਾਲਾ ਉਹ ਕੈਂਡੀਡੇਟ ਆਵੇ ਜਿਹਦੇ ਪੇਰੈਂਟਸ ਉਹਦੀ ਪੂਰੀ ਗ੍ਰੈਜੂਏਸ਼ਨ ਦੀ ਫੀਸ ਉਹਨਾਂ ਕੋਲ ਰਿਜ਼ਰਵ ਹੈਗੀ ਆ, ਕਿਉਂਕਿ ਬਹੁਤ ਵਧੀਆ ਸੈਟਲਡ ਫੈਮਿਲੀਆਂ ਹੈਗੀਆਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ, ਕਿਉਂਕਿ ਪਹਿਲਾਂ ਆਪਾਂ ਇਹ ਵਿਸ਼ਾ ਇਕੱਲੇ ਪੰਜਾਬ ਦਾ ਨਹੀਂ ਹੈਗਾ, ਇਹ ਵਿਸ਼ਾ ਹੁਣ ਪੂਰੇ ਦੇ ਪੂਰੇ ਹਿੰਦੁਸਤਾਨ ਦਾ ਬਣਿਆ ਹੋਇਆ। ਸਾਡੇ ਕੋਲ ਝਾਰਖੰਡ ਤੋਂ ਬਹੁਤ ਸਾਰੇ ਸਟੂਡੈਂਟ ਆਉਂਦੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ, ਜਿਹਦਾ ਵਾਕਈ ਮੋਟਿਵ ਹੈਗਾ ਕਿ ਉਹ ਇੰਟਰਨੈਸ਼ਨਲ ਕਿਸੇ ਚੰਗੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਔਰ ਉਹਨੇ ਆਪਣਾ ਵਾਈਟ ਕਾਲਰ ਜੋਬ ਫਾਈਂਡ ਆਊਟ ਕਰਨੀ ਹੈ, ਠੀਕ ਆ, ਉਹ ਗ੍ਰੈਜੂਏਸ਼ਨ ਕਰਨ ਲਈ ਆਵੇ ਜੀ ਸਦਕੇ, ਠੀਕ ਆ। ਜਿਹੜੇ ਕੈਂਡੀਡੇਟ ਦਾ ਸੁਪਨਾ ਇਹ ਆ ਵੀ ਮੇਰੇ ਤਾਂ ਕੋਲੇ ਪੇਰੈਂਟਸ ਕੋਲੇ 1 ਕਿੱਲਾ ਜ਼ਮੀਨ ਆ ਜੀ, ਜਾਂ 19 ਕੁ ਪੂੰਜੀ ਹੈਗੀ ਆ ਵੀ ਇੱਕ ਵਾਰੀ ਫੀਸ ਭਰਤੀ ਉਹਨਾਂ ਨੇ ਅੰਗੂਠਾ ਲਾ ਕੇ ਫੀਸ ਭਰਨੀ ਆ, ਠੀਕ ਆ, ਤੇ ਉਦੋਂ ਬਾਅਦ ਮੈਂ ਕੋਈ ਗੱਲ ਨਹੀਂ ਜੀ ਉੱਥੇ ਜਾ ਕੇ ਸੈਟਿੰਗ ਕਰ ਲੂੰਗਾ, ਕੰਮ ਕਰ ਲੂੰਗਾ, ਇੱਦਾਂ ਮੈਨੂੰ ਲੱਗਦਾ ਵੀ ਉਹਨਾਂ ਬੱਚਿਆਂ ਨੂੰ ਉੱਥੇ ਗ੍ਰੈਜੂਏਸ਼ਨ ਕਰ ਲੈਣੀ ਚਾਹੀਦੀ ਹੈ, ਉਹ ਗ੍ਰੈਜੂਏਸ਼ਨ ਕਰਕੇ ਹੋਣ। ਇਹ ਡਿਪੈਂਡ ਕਰਦਾ ਕਿ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਆ, ਤੁਹਾਡੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ, ਤੁਹਾਡੀ ਮੋਟਿਵ ਕੀ ਹੈਗਾ, ਤੁਹਾਡੀ ਥਿੰਕਿੰਗ ਅਬਾਊਟ ਐਜੂਕੇਸ਼ਨ ਕੀ ਹੈਗੀ ਆ। ਸੋ ਇਸ ਐਕਚੁਅਲੀ ਇੱਥੇ ਨਾ ਇੱਕ ਹੋਰ ਗੱਲ ਆ ਗੁਰਜੀਤ ਜੀ, ਬਹੁਤ ਸਾਰੇ ਲੋਕ ਨਾ ਇਸ ਪ੍ਰੋਫੈਸ਼ਨ ਨੂੰ ਜਿਹੜਾ ਨਾਮ ਦਿੱਤਾ ਏਜੰਟ, ਲੋਕੀ ਸਮਝਦੇ ਆ ਕਿ ਅਸੀਂ ਆਪਣੇ ਕਾਗਜ਼ ਦਿੱਤੇ, ਯੂਨੀਵਰਸਿਟੀ 'ਚ ਐਡਮਿਸ਼ਨ ਕਰਵਾਈ,
ਔਰ ਵੀਜ਼ਾ ਲਿਆ, ਏਜੰਟ ਦਾ ਕੰਮ ਖਤਮ। ਬੇਸਿਕਲੀ ਪ੍ਰੋਫੈਸ਼ਨ ਹੈਗਾ ਕੈਰੀਅਰ ਕਾਉਂਸਲਿੰਗ ਦਾ ਜੀ। ਤਾਂ ਪਹਿਲਾਂ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਦੇ ਕੈਰੀਅਰ ਨੂੰ ਕਾਉਂਸਲ ਕਰਨ ਲੱਗੇ ਹੋ, ਕੰਸਲਟ ਕਰਨ ਲੱਗੇ ਹੋ ਕਿਸੇ ਦਾ ਕੈਰੀਅਰ, ਤਾਂ ਤੁਹਾਡਾ ਖੁਦ ਦਾ ਕੈਰੀਅਰ ਕੀ ਹੈ, ਤੁਹਾਡੀ ਖੁਦ ਦੀ ਐਜੂਕੇਸ਼ਨ ਕੀ ਹੈ, ਤੁਹਾਡਾ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਕਿੰਨਾ, ਠੀਕ ਹੈ। ਫਿਰ ਬੱਚੇ ਦੇ ਇੰਟਰਸਟ ਕਿਸ ਤਰ੍ਹਾਂ ਦੇ ਹੈਗੇ ਆ, ਤੇ ਉਹ ਪ੍ਰੋਪਰ ਉਹਦੀ ਫੈਮਿਲੀ ਦੀ ਬਾਇਓਗ੍ਰਾਫੀ ਸਟੱਡੀ ਕਰਕੇ ਤੇ ਉਹਨਾਂ ਦਾ ਫਾਈਨੈਂਸ਼ੀਅਲ ਪੋਜੀਸ਼ਨਸ ਨੂੰ ਚੈੱਕ ਕਰਕੇ ਤੁਸੀਂ ਸੁਜੈਸਟ ਕਰ ਸਕਦੇ ਹੋ ਜੀ। ਤੇ ਨਾਲੇ ਕੇਸ਼ ਜੀ ਗੱਲ ਕਰੀਏ, ਜਿਹੜੇ ਸਟੂਡੈਂਟਸ ਨੇ ਇੰਡੀਆ ਤੋਂ ਆਉਣਾ ਹੁੰਦਾ ਹੈ, ਸਪੈਸ਼ਲੀ ਕੈਨੇਡਾ ਦੇ ਵਿੱਚ ਹੀ ਆਉਂਦੇ ਨੇ, ਡਾਟਾ ਵੀ ਸਾਹਮਣੇ ਆਇਆ 4 ਲੱਖ ਦੇ ਕਰੀਬ 40 ਸਟੂਡੈਂਟਸ ਜਿਹੜੇ ਆਏ ਨੇ, ਤਾਂ ਕਾਲਜ ਚੂਜ਼ ਕਰਨੀ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ, ਤੇ ਕਾਲਜ ਚੂਜ਼ ਕਰਨ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਹਰ ਇੱਕ ਸਟੂਡੈਂਟ ਜੋ ਆਪਣੀ ਸਟੱਡੀ ਕੰਪਲੀਟ ਕਰ ਰਿਹਾ, ਕਿਸ ਫੀਲਡ ਦੇ ਵਿੱਚ ਉਸਦੀ ਲਾਸਟ ਸਟੱਡੀ ਕੰਪਲੀਟ ਹੋ ਰਹੀ ਹੈ, ਬੇਸਿਕਲੀ ਉਸ ਤੋਂ ਬਾਅਦ ਅੱਗੇ ਜਾ ਕੇ ਜੋ ਇੰਟਰਨੈਸ਼ਨਲ ਸਟੱਡੀ ਲੈਣੀ ਚਾਹੁੰਦਾ ਉਹ ਕਿਸ ਫੀਲਡ ਦੀ ਹੈ, ਇਹ ਦੋ ਚੀਜ਼ਾਂ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੈ। ਵੀਜ਼ਾ ਮਿਲਣਾ ਦਾ ਜਿਹੜਾ ਰੀਜ਼ਨ ਆ, ਉਹ ਵੀ ਜਿਹੜੀ ਤੁਹਾਡੀ ਸਟੱਡੀ ਰੈਲੀਵੈਂਟ ਹੋਣਾ 100% ਜ਼ਰੂਰੀ ਹੈ। ਹਰ ਇੱਕ ਉਹ ਬੱਚਾ ਜੋ ਆਪਣੀ ਫਾਈਲ ਨੂੰ ਪੁੱਟ ਅਪ ਕਰੂਗਾ, ਆਪਣੀ ਸਟੱਡੀ ਲਊਗਾ, ਕਾਲਜ ਨੂੰ ਸਿਲੈਕਟ ਕਰੂਗਾ, ਉਹਦੀ ਜਿਹੜੀ ਮਰਜ਼ੀ ਉਹ ਕਾਲਜ ਦੀ ਮਰਜ਼ੀ ਸਟੂਡੈਂਟ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ, ਨਾ ਕਿ ਏਜੰਟ ਦੇ ਅਕੋਰਡਿੰਗ। ਤਾਂ ਮਤਲਬ ਜੋ ਸਭ ਤੋਂ ਵੱਡਾ ਆਪਾਂ ਠੱਗੀ ਦਾ ਸ਼ਿਕਾਰ ਕਹਿ ਰਹੇ ਹਾਂ ਹੋ ਰਹੇ ਨੇ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਪੈਕੇਜ, ਪੈਕੇਜ ਕਿੱਥੇ ਇੰਸਟਾਲ ਕੀਤਾ ਜਾਂਦਾ? ਪੈਕੇਜ ਉੱਥੇ ਇੰਸਟਾਲ ਹੁੰਦਾ ਕਿ ਤੁਸੀਂ ਆਪਣੀ ਫੀਸ ਕਿਸੇ ਏਜੰਟ ਤੋਂ ਭਰਵਾ ਰਹੇ ਹੋ, ਤਾਂ ਉਹ ਇੱਕ ਸਭ ਤੋਂ ਵੱਡਾ ਖਮਿਆਜਾ ਜਿਹੜਾ ਠੱਗੀ ਦਾ ਭੁਗਤਣਾ ਆਪਾਂ ਨੂੰ ਪੈ ਰਿਹਾ। ਉਹਦੇ ਵਿੱਚ ਠੱਗੀ ਵਜਣ ਦਾ ਸ਼ਿਕਾਰ ਹੋਣ ਦਾ ਰੀਜ਼ਨ ਆ ਜਿਹੜਾ ਉਹ ਪੇਰੈਂਟਸ ਵੀ ਨੇ, ਔਰ ਉਹ ਬੱਚਾ ਵੀ ਆ ਜੋ ਆਪਣੀ ਉਹ ਫਾਈਲ ਨੂੰ ਦੇ ਰਿਹਾ। ਤਾਂ ਗਵਰਨਮੈਂਟ ਦੇ ਰੂਲਸ ਨੂੰ ਫੋਲੋ ਕਰਕੇ ਜੋ ਆਪਣੀ ਸਟੱਡੀ ਦੀ ਫੀਸ ਹੈਗੀ ਆ, ਜੋ ਆਪਣਾ GIC ਪੇ ਕਰ ਰਹੇ ਹੋ, ਤਾਂ ਆਪਣੇ ਅਕਾਊਂਟ ਦੇ ਵਿੱਚ ਉਹ ਆਪ ਕਰਨਾ ਚਾਹੀਦਾ ਜੀ। ਤੇ ਨਾਲੇ ਗੱਲ ਕਰੀਏ, ਜਦੋਂ ਫਾਈਲ ਲਗਾਈ ਜਾਂਦੀ ਹੈ ਤਾਂ ਜਿਹੜੇ ਸਟੂਡੈਂਟਸ ਕੋਲ ਉੱਥੇ ਐਕਸਪੀਰੀਅੰਸ ਹੁੰਦਾ ਆ ਕੰਮ, ਜਿਵੇਂ ਵਰਕ ਐਕਸਪੀਰੀਅੰਸ ਹੁੰਦਾ, ਏਜੰਟਸ ਜਾਂ ਫਿਰ ਕੰਸਲਟੈਂਟ ਨੇ ਉਹ ਐਕਸਪੀਰੀਅੰਸ ਐਡ ਕਰਨ ਤੋਂ ਮਨਾ ਕਰ ਦਿੰਦੇ ਨੇ ਕੁਝ ਰੀਜ਼ਨਸ ਕਰਕੇ, ਤੇ ਉਹਨਾਂ ਨੂੰ ਅੱਗੇ ਆ ਕੇ ਉਹਦਾ ਨਤੀਜਾ ਭੁਗਤਣਾ ਪੈਂਦਾ, ਉੱਥੇ ਕੀ ਕਹਿਣਾ ਚਾਹੋਗੇ? ਉਸ ਨਾਲ ਡਿਪੈਂਡ ਕਰਦਾ ਜੀ, ਫਿਰ ਆਪਾਂ ਉੱਥੇ ਉਹਨੇ ਵੀ ਤੁਹਾਡਾ ਤੁਸੀਂ ਕੰਸਲਟੈਂਟ ਦੀ ਚੋਣ ਕਿਸ ਤਰੀਕੇ ਦੇ ਨਾਲ ਕੀਤੀ ਆ। ਜਿਸ ਬੰਦੇ ਨੇ ਪਰਮਾਨੈਂਟ ਰੈਜੀਡੈਂਸੀ ਦੇ ਬਾਰੇ ਸਟੱਡੀ ਨਹੀਂ ਕੀਤਾ, ਕੈਨੇਡਾ ਦੇ ਵਿੱਚ 14 ਸੂਬੇ ਨੇ, 14 ਸਟੇਟਸ ਹੈਗੀਆਂ, ਹਰ ਸਟੇਟ ਦੇ ਵਿੱਚ ਲਗਭਗ 10-12 ਤਰੀਕੇ ਹੈਗੇ ਆ ਪਰਮਾਨੈਂਟ ਰੈਜੀਡੈਂਸੀ ਲੈਣ ਦੇ। ਹੁਣ ਜਿਸ ਬੰਦੇ ਨੇ ਉਹਨਾਂ ਪ੍ਰੋਗਰਾਮਸ ਨੂੰ ਸਟੱਡੀ ਕੀਤਾ, ਉਹਨੂੰ ਪਤਾ ਵੀ ਕਿਸ ਸਟੇਟ ਦੇ ਵਿੱਚ ਕਿਸ ਐਕਸਪੀਰੀਅੰਸ ਦੀ ਪ੍ਰੋਫਾਈਲ ਦੇ ਬੰਦੇ ਨੂੰ ਇਜ਼ੀਲੀ PR ਮਿਲ ਜਾਏਗੀ। ਹੁਣ ਮੇਨਲੀ ਮੋਟਿਵ ਤਾਂ ਜਿਹੜਾ ਸਟੱਡੀ ਵੀਜ਼ੇ ਤੇ ਆ ਰਿਹਾ, ਚਾਹੇ ਆਪਾਂ ਬ੍ਰੈਂਪਟਨ ਦੀ ਗੱਲ ਕਰੀਏ, ਜੇ ਹਾਲ ਆ ਬਹੁਤ ਸਾਰੇ ਕੈਂਡੀਡੇਟ ਇਸ ਗੱਲ ਤੋਂ ਹੀ ਅਣਜਾਣ ਨੇ ਕਿ ਉਹ ਬਿਨਾਂ ਵਰਕ ਪਰਮਿਟ ਨੂੰ ਐਕਸਟੈਂਡ ਕੀਤਿਆਂ ਵੀ PR ਲੈ ਸਕਦੇ। ਕੁਛ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਖੁਦ ਨੂੰ ਹੀ ਪਤਾ ਨਹੀਂ ਹੈਗਾ ਕਿ ਤੁਸੀਂ ਮੂਵ ਕਰ ਜਾਓ ਅਟਲਾਂਟਿਕ, ਤੁਸੀਂ ਨੋਵਾ ਸਕੋਸ਼ੀਆ ਚਲੇ ਜਾਓ, ਤੁਸੀਂ ਨਿਊ ਫਾਊਂਡਲੈਂਡ ਚਲੇ ਜਾਓ, ਮਾਊਂਟਨ ਚਲੇ ਜਾਓ, ਹੈਲੀਫੈਕਸ ਚਲੇ ਜਾਓ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ PR ਲੈ ਸਕਦੇ ਹੋ। ਉਹ ਕਾਰਨ ਕੀ ਆ? ਕਿਸੇ ਦਾ ਪਲੱਸ ਟੂ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ ਸੀ, ਕਿਸੇ ਦਾ 4 ਸਾਲ ਦਾ ਸੀ, ਕਿਸੇ ਦਾ ਐਕਸਪੀਰੀਅੰਸ ਮਿਸਮੈਨੇਜ ਕੀਤਾ ਹੋਇਆ, ਉਹ ਡਿਪੈਂਡ ਕਰਦਾ ਵੀ ਜਦੋਂ ਤੁਸੀਂ ਉਦੋਂ ਕੰਸਲਟੈਂਟ ਦੀ ਚੋਣ ਕੀਤੀ, ਜੇ ਤਾਂ ਉਹਨੂੰ ਤੁਹਾਡੇ ਫਿਊਚਰ ਪ੍ਰੋਸਪੈਕਟਸ ਪਤਾ ਨੇ, ਹਨਾ, ਤੇ ਉਹਨੂੰ ਇਮੀਗ੍ਰੇਸ਼ਨ ਫੀਲਡ ਦੀ ਨੌਲੇਜ ਆ, ਤਾਂ ਉਹ ਇਦਾਂ ਦੀ ਮੈਨੂੰ ਲੱਗਦਾ ਵੀ ਹਰਕਤ ਨਹੀਂ ਕਰੇ। ਬਿਲਕੁਲ, ਇਹਨਾਂ ਲਈ ਗੱਲ ਕਰੀਏ, ਜਿਹੜੀ ਹੁਣੇ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਲੇਟੈਸਟ ਹੀ ਕੁਛ ਹਫ਼ਤੇ ਪਹਿਲਾਂ ਹੀ ਆਇਆ ਕਿ LMIA ਜਿਹੜੀ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਹੁਣ ਬੰਦ ਕਰਤੀ, ਆਨਲਾਈਨ ਨਹੀਂ ਅਪਲਾਈ ਕਰ ਸਕਦੇ ਹੈਗੇ ਉਹ, ਤਾਂ ਉਹਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਿ ਸਰਕਾਰ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ? ਦੇਖੋ ਜੀ, ਜਦੋਂ ਕੋਈ ਵੀ ਪਾਲਿਸੀ ਬਣਦੀ ਆ, ਪਾਲਿਸੀ ਮੇਕਿੰਗ ਦੇ ਪਿੱਛੇ
ਜਿਹੜੀ ਟੀਮ ਨੇ ਬਣਾਈ ਹੈ ਉਸ ਤੋਂ ਬਾਅਦ ਵੀ ਉਹਦੇ 'ਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ। ਆਪਾਂ ਗੱਡੀ ਦਾ ਇੱਕ ਮਾਡਲ ਆਉਂਦਾ ਹਰ ਸਾਲ, ਜਦੋਂ ਨਵਾਂ ਮਾਡਲ ਆਉਂਦਾ ਤੇ ਉਹ ਅਪਡੇਟਡ ਐਕਸਪੈਕਟੇਸ਼ਨਸ ਆਪਣੀਆਂ ਹੁੰਦੀਆਂ, ਆਈਫੋਨ ਦੀ ਗੱਲ ਕਰ ਲਓ, ਹੋਰ ਉਹਦੇ 'ਚ ਇੰਪਰੂਵਮੈਂਟ ਕਰਦੇ ਰਹਿੰਦੇ। ਇੱਦਾਂ ਹੀ ਪੋਲਿਸੀ ਜਿਹੜੀ ਕੋਈ ਵੀ ਇਮੀਗ੍ਰੇਸ਼ਨ ਜਾਂ ਲਾਅ ਆ, ਦੈਟ ਇਜ਼ ਮੇਡ ਬਾਏ ਹਿਊਮਨ ਬੀਇੰਗਸ, ਤਾਂ ਉਹਦੇ 'ਚ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਤੁਰੱਟੀਆਂ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਉਹਨਾਂ ਨੂੰ ਇੰਪਰੂਵਮੈਂਟ ਕਰਨ ਦੇ ਨਿਸ਼ਚੇ ਦੇ ਨਾਲ ਵਰਕ ਕੀਤਾ ਜਾਂਦਾ। ਤਾਂ ਕਿਤੇ ਨਾ ਕਿਤੇ ਲੋਕਡਾਊਨ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਟੂਰਿਸਟ ਵੀਜ਼ੇ ਤੇ ਸੀ, ਉਹਨਾਂ ਨੇ ਇਸ ਲੀਨੀਅੰਟ ਅਪਰੋਚ ਦਾ ਗੌਰਮੈਂਟ ਦਾ ਫਾਇਦਾ ਲਿਆ ਤੇ ਹੌਲੀ ਹੌਲੀ ਬਹੁਤ ਸਾਰੇ ਨਵੇਂ ਇਮੀਗ੍ਰੇਸ਼ਨ ਏਜੰਟਾਂ ਨੇ ਪੇਸ਼ਾ ਬਣਾ ਲਿਆ ਕਿ ਪ੍ਰੋਫਾਈਲਾਂ ਨੂੰ ਤੋੜ ਮੋੜ ਕੇ ਪੇਸ਼ ਕਰਕੇ ਟੂਰਿਸਟ ਵੀਜ਼ਾ ਲਓ ਤੇ ਉੱਥੇ ਜਾ ਕੇ ਜੁਗਾੜ ਲਾ ਲਾਂਗੇ। ਕਿਉਂਕਿ ਜਿਹੜਾ ਜਿੱਥੇ ਜੁਗਾੜ ਨਾਮ ਦਾ ਸ਼ਬਦ ਆ ਗਿਆ ਜਾਂ ਉੱਥੇ ਜਾ ਕੇ ਕਰ ਲਾਂਗੇ, ਉਹਦੇ ਨਾਲ ਇੱਕ ਤਾਂ ਪੂਰੀ ਦੀ ਪੂਰੀ ਇਮੀਗ੍ਰੇਸ਼ਨ ਇੰਡਸਟਰੀ ਬਦਨਾਮ ਹੋਣ ਲੱਗੀ ਕੁਛ ਕੁ ਲੋਕਾਂ ਦੀ ਵਜ੍ਹਾ ਕਰਕੇ, ਦੂਸਰਾ ਜਿਸ ਨੇਸ਼ਨ ਦੇ ਵਿੱਚ ਅਸੀਂ ਆ ਰਹੇ ਹਾਂ ਜਿਹੜੀ ਵੈਲਕਮਿੰਗ ਨੇਸ਼ਨ ਹੈਗੀ ਤੁਹਾਡੀ, ਤੁਹਾਨੂੰ ਗਰੋਥ ਦੀਆਂ ਲੋਟ ਆਫ ਅਪਰਚੁਨਿਟੀਜ਼ ਦੇ ਰਹੀ ਆ, ਜਿੱਥੇ ਜਾ ਕੇ ਤੁਸੀਂ ਸਰਕਾਰਾਂ 'ਚ ਵੀ ਆਏ, ਤੁਸੀਂ ਬਿਜ਼ਨਸਮੈਨ ਵੀ ਬਣੇ, ਤੁਸੀਂ ਵੱਡੇ ਵੱਡੇ ਫਾਰਮ ਵੀ ਲਏ, ਕਾਰੋਬਾਰ ਵੀ ਕੀਤੇ, ਠੀਕ ਆ, ਤੇ ਉਹੋ ਜਿਹੀ ਨੇਸ਼ਨ ਨੂੰ ਧੋਖਾ ਦੇਣਾ ਸ਼ੁਰੂ ਕਰਤਾ ਤੁਸੀਂ, ਹੈ ਨਾ। ਤੁਸੀਂ ਮਤਲਬ ਆਪਣੇ, ਮੈਨੂੰ ਲੱਗਦਾ ਜਦੋਂ ਤੁਸੀਂ ਕਿਤੇ ਪ੍ਰਦੇਸ਼ ਦੇ ਵਿੱਚ ਜਾ ਕੇ ਜਗ੍ਹਾ ਬਣਾਉਂਦੇ ਆ, ਤੁਹਾਡੀ ਸੈਲਫ ਰਿਸਪੈਕਟ ਨਾਲੋਂ ਜ਼ਿਆਦਾ ਤੁਹਾਡੀ ਕਮਿਊਨਿਟੀ ਦੀ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਹੈ। ਕਿਤੇ ਨਾ ਕਿਤੇ ਜਿਹੜੇ ਇਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਡਾਟਾ ਪੇਸ਼ ਕਰਕੇ ਟੂਰਿਸਟ ਵੀਜ਼ੇ ਤੇ ਗਲਤ ਜ਼ਰੀਏ ਦੇ ਨਾਲ ਐਂਟਰੀ ਹੋ ਕੇ ਫਿਰ ਵਰਕ ਪਰਮਿਟ 'ਚ ਕਨਵਰਟ ਕਰਵਾਇਆ, ਤਾਂ ਗੌਰਮੈਂਟ ਨੂੰ ਲੱਗਾ ਕਿ ਇਹ ਲੋਕ ਲੀਗਲ ਤਰੀਕੇ ਨਾਲ ਸਾਡੇ ਕੋਲ ਆ ਕੇ ਲੀਗਲ ਤਰੀਕੇ ਨਾਲ ਜਾਣਦੇ ਆ ਕਿ ਇਨਲੀਗਲ ਤੋਂ ਲੀਗਲ ਕਿੱਦਾਂ ਹੋਣਾ, ਤਾਂ ਕਮੀਆਂ ਪਿੱਛੇ ਸਮੇਂ ਦੇ ਨਾਲ ਫੜੀਆਂ ਜਾਂਦੀਆਂ। ਸੋ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਇੰਪੈਕਟ ਉਹਨਾਂ ਲੋਕਾਂ ਨੂੰ ਪੈਣਾ ਜਿਨ੍ਹਾਂ ਦੀ ਇੰਟੈਂਸ਼ਨ ਗਲਤ ਆ, ਤੇ ਜਾਂ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਾਂ ਦੀ ਇੰਟੈਂਸ਼ਨ ਗਲਤ ਆ, ਪਰ ਓਵਰਆਲ ਇਹ ਸੁਸਾਇਟੀ ਲਈ ਇੱਕ ਚੰਗਾ ਕਦਮ ਆ, ਇਹਦੇ ਨਾਲ ਸਾਡੀ ਕਮਿਊਨਿਟੀ ਦਾ ਲੌਂਗ ਟਰਮ ਸੋਚਿਆ ਜਾਵੇ ਤਾਂ ਫਾਇਦਾ ਹੋਊਗਾ। ਸੋ ਮੇਰੀ ਤਾਂ ਉਹ ਇਮੀਗ੍ਰੇਸ਼ਨ ਭਰਾਵਾਂ ਨੂੰ, ਕੰਸਲਟੈਂਟ ਭਰਾਵਾਂ ਨੂੰ, ਪਲੱਸ ਜਿੰਨੇ ਵੀ ਸਾਡੇ ਲੋਕ ਆ ਰਹੇ ਆ ਜਿਹੜੇ ਕੋਈ ਵੀ ਇੱਦਾਂ ਦੀ ਮਤਲਬ ਹਰਕਤ ਕਰਦੇ ਜਿਹਦੇ ਨਾਲ ਅਟੈਕ ਤੁਹਾਡੀ ਕਮਿਊਨਿਟੀ ਤੇ ਹੋਵੇ, ਜਿਹਦੇ ਨਾਲ ਅਟੈਕ ਤੁਹਾਡੀ ਪੱਗ ਤੇ ਹੋਵੇ, ਠੀਕ ਆ, ਉਹਨਾਂ ਨੂੰ ਹੱਥ ਜੋੜ ਕੇ ਅਪੀਲ ਆ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੰਨਾ ਮਤਲਬ ਇੱਦਾਂ ਦਾ ਇਨਵਾਇਰਮੈਂਟ ਨਾ ਛੱਡ ਕੇ ਉਹ, ਕਿ ਉਹ ਜਦੋਂ ਕਿਸੇ ਇੱਧਰ ਨੂੰ ਮੂੰਹ ਕਰਨ ਤੇ ਉਹਨਾਂ ਦਾ ਸਿਰ ਨਮੋਸ਼ੀ ਨਾਲ ਝੁਕ ਜਾਵੇ, ਠੀਕ ਹੈ ਨਾ। ਇਹ ਬਾਲਾ ਚਿਹਰੇ ਡਾਲਰ ਡੂਲਰ ਨਾਲ ਤਾਂ ਜਾਣੇ ਨਹੀਂ ਗੇ, ਠੀਕ ਹੈ, ਤੁਸੀਂ ਨਾ ਬਣਾਓ, ਤਰੱਕੀ ਕਰੋ, ਬਟ ਕਮਿਊਨਿਟੀ ਦੀ ਡਿਸਰਿਸਪੈਕਟ ਨਾ ਕਰੋ। ਬਿਲਕੁਲ, ਬਹੁਤ ਸੋਹਣੀ ਗੱਲ ਕਹੀ ਤੁਸੀਂ, ਇਹ ਸਾਰਿਆਂ ਨੂੰ ਜ਼ਰੂਰ ਇੱਥੇ 'ਤੇ ਗੌਰ ਕਰਨੀ ਚਾਹੀਦੀ ਹੈ। ਅਤੇ ਇਹਦੇ ਨਾਲ ਹੀ ਸਰ ਗੱਲ ਕਰੀਏ, ਜੋ ਕੈਨੇਡਾ ਏਅਰਪੋਰਟ 'ਤੇ ਆਉਂਦੇ ਨੇ ਜਦੋਂ ਇਮੀਗ੍ਰੈਂਟਸ, ਤਾਂ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਜਿਵੇਂ ਬਹੁਤ ਸਾਰੀਆਂ ਨਿਊਜ਼ ਸਾਹਮਣੇ ਆਉਂਦੀਆਂ ਨੇ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਕੁਸ਼ਚਨਿੰਗ ਕੀਤੀ ਜਾਂਦੀ ਹੈ, ਜਾਂ ਫਿਰ ਇਹ ਵੀ ਸੁਣਨ 'ਚ ਆਉਂਦਾ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਰਿਫਿਊਜੀ ਕਲੇਮ ਕਰ ਦਿੱਤਾ ਜਾਵੇ, ਤਾਂ ਉਹਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ? ਦੇਖੋ, ਜਿਹੜੀ ਬੇਸਿਕਲੀ ਇਸ ਵਿੱਚ ਆਪਣੀ ਫਾਈਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਉਹ ਬਾਈ ਕਲਾਇੰਟ ਦਿੱਤੀ ਜਾਂਦੀ ਆ। ਅਗਰ ਉਹ ਮਤਲਬ ਬੇਸਿਕਲੀ ਜਿਹੜੇ ਆਪਾਂ ਮਾੜੇ ਆਂਸਰਾਂ ਦੀ ਗੱਲ ਕਰੀਏ ਜਾਂ ਮਾੜੇ ਏਜੰਟਸ ਦੀ ਗੱਲ ਕਰੀਏ ਜਿਹੜੇ ਆਪਣੇ ਫਾਇਦੇ ਦੇ ਲਈ ਪਰਟੀਕੂਲਰ ਇੱਕ ਫਾਈਲ ਨੂੰ ਰੈਡੀ ਕਰਨ ਵਾਸਤੇ ਆਪਣੀ ਡਾਕੂਮੈਂਟ ਸਬਮਿਟ ਕਰਦੇ ਨੇ, ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਦਾ ਅੱਜ ਆਪਾਂ ਨੂੰ ਨਤੀਜਾ ਕਿਤੇ ਨਾ ਕਿਤੇ ਹਰ ਇੱਕ ਏਅਰਪੋਰਟ ਤੇ ਮਤਲਬ ਦੇਖਣ ਨੂੰ ਮਿਲਦਾ, ਤਾਂ ਉਹਦੇ 'ਚ ਬੇਸਿਕਲੀ ਜਿਹੜੇ ਤੁਹਾਡੇ ਬੇਸਿਕ ਡਾਕੂਮੈਂਟ ਦਿੱਤੇ ਜਾਂਦੇ ਨੇ ਉਹਨਾਂ ਦੀ ਜਗ੍ਹਾ ਕੋਈ ਹੋਰ ਡਾਕੂਮੈਂਟ, ਜਿਵੇਂ ਇੱਕ ਮਤਲਬ ਬੇਸਿਕ ਪ੍ਰੋਫਾਈਲ ਨੂੰ ਐਜ਼ ਆ ਇੰਜੀਨੀਅਰ ਬਣਾ ਦਿੱਤਾ ਜਾਂਦਾ, ਡਾਕਟਰ ਬਣਾ ਦਿੱਤਾ ਜਾਂਦਾ, ਤਾਂ ਉਹ ਜਿਹੜੀਆਂ ਪ੍ਰੋਫਾਈਲ ਆ ਉਹਦੇ ਬੇਸਿਕ ਤੁਹਾਨੂੰ ਕੁਐਸਚਨ ਪੁੱਟ ਆਊਟ ਕੀਤੇ ਜਾਂਦੇ ਨੇ, ਔਰ ਜੋ ਐਪਲੀਕੈਂਟ ਆ ਰਿਹਾ ਉਸਦੀ ਉਹ ਪ੍ਰੋਫਾਈਲ ਹੁੰਦੀ ਨਹੀਂ, ਤਾਂ ਉਹਨੂੰ ਉਹ ਕਿਤੇ ਨਾ ਕਿਤੇ ਨਮੋਸ਼ੀ ਦਾ ਮਤਲਬ ਸਾਹਮਣਾ ਕਰਨਾ ਪੈਂਦਾ ਹਰ ਇੱਕ ਐਪਲੀਕੈਂਟ
ਐਂਡ ਜੋ 에어ਪੋਰਟ ਦੇ ਉੱਤੇ ਆ ਰਿਹਾ ਤਾਂ ਉਹਨੂੰ ਬੇਸਿਕ ਕੁਐਸਚਨ ਪੁੱਟ ਕੀਤੇ ਜਾਂਦੇ ਨੇ ਤਾਂ ਉਹਦੇ ਤੇ ਅਕੋਰਡਿੰਗ ਜੋ ਉਹਦੀ ਪ੍ਰੋਫਾਈਲ ਦੇ ਵਿੱਚ ਡਾਕੂਮੈਂਟ ਸਬਮਿਟ ਕੀਤੇ ਗਏ ਨੇ ਉਹਨਾਂ ਬਾਰੇ ਉਹਨੂੰ ਜਾਣਕਾਰੀ ਹੋਣੀ ਜ਼ਰੂਰੀ ਆ। ਅਗਰ ਉਹ ਆਪਣੇ ਬੇਸਿਕ ਜਿਹੜੇ ਡਾਕੂਮੈਂਟ ਦਿੱਤੇ ਗਏ ਨੇ ਉਹਨਾਂ ਅਕੋਰਡਿੰਗ ਉਹ ਸਹੀ ਹੈਗਾ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ। ਤੇ ਨਾਲੇ ਸਰ ਲਾਸਟ ਤੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਲਈ ਜਾਂਦੇ ਜਾਂਦੇ ਇਸ ਗੱਲ ਇਹ ਜ਼ਰੂਰ ਕਰਨਾ ਚਾਹਾਂਗੇ ਕਿ ਜਿਵੇਂ ਕਿ ਕਿਹਾ ਜਾਂਦਾ ਕਿ ਕੈਨੇਡਾ ਦੇ ਵਿੱਚ ਕੰਮ ਦੀ ਬਹੁਤ ਜ਼ਿਆਦਾ ਕਮੀ ਆ, ਤੇ ਕੀ ਤੁਹਾਨੂੰ ਲੱਗਦਾ ਕਿ ਵਾਕਈ ਕੰਮਕਾਰਾਂ ਦੀ ਇੱਥੇ ਘਾਟ ਹੈਗੀ ਆ? ਦੇਖੋ ਜੀ, ਜਿਸ ਕੈਂਡੀਡੇਟ ਕੋਲ ਕੋਈ ਵੀ ਸਕਿੱਲ ਹੈਗਾ, ਆਰਟ ਹੈਗਾ, ਮੈਨੂੰ ਲੱਗਦਾ ਵੀ ਉਹਦੇ ਲਈ ਇਸ ਤੋਂ ਪਰਫੈਕਟ ਡੈਸਟੀਨੇਸ਼ਨ ਨਹੀਂ ਹੈਗੀ, ਇੱਥੇ ਕੰਮ ਦੀ ਕੋਈ ਘਾਟ ਨਹੀਂ ਹੈਗੀ। ਕੰਮ ਦੀ ਘਾਟ ਸਿਰਫ ਉਸ ਬੰਦੇ ਲਈ ਆ ਜਿਹੜਾ ਟਿਕਟੋਕ ਤੇ ਰੀਲਾਂ ਬਣਾ ਕੇ, ਯੂਟਿਊਬ ਤੇ ਬਲੌਗ ਬਣਾ ਕੇ ਸਿਰਫ ਪੈਸਾ ਕਮਾਉਣਾ ਚਾਹੁੰਦਾ। ਇਜ਼ੀ ਮਨੀ ਦੀ ਅਰਨ ਕਰਨ ਦੀ ਘਾਟ ਹੈ ਇੱਥੇ। ਜਿਹੜੇ ਬੰਦੇ ਨੂੰ ਕੰਮ, ਜਿਹਦੇ ਬੰਦੇ ਹੱਥ ਦੇ ਵਿੱਚ ਹੁਨਰ ਆ, ਉਹ ਕੈਨੇਡਾ ਦੇ ਵਿੱਚ ਕਿਤੇ ਵੀ ਆ ਜੇ, ਉਹ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਲੈ ਜਾਵੇ, ਉਹ ਕਾਮਯਾਬ ਆ ਜੀ। ਉਹਦੇ ਲਈ ਕੰਮ ਦੀ ਘਾਟ ਪੰਜਾਬ 'ਚ ਵੀ ਨਹੀਂ ਹੈਗੀ, ਉਹਦੇ ਲਈ ਕੰਮ ਦੀ ਘਾਟ ਕੈਨੇਡਾ 'ਚ ਵੀ ਨਹੀਂ ਹੈਗੀ, ਔਰ ਵਰਲਡ ਦੇ ਕਿਸੇ ਕੋਨੇ ਜਾਊਗਾ ਉੱਥੇ ਵੀ ਕੰਮ ਦੀ ਘਾਟ ਨਹੀਂ ਹੈਗੀ। ਕੰਮ ਦੀ ਘਾਟ ਸਿਰਫ ਉਹਨਾਂ ਲੋਕਾਂ ਲਈ ਆ ਜਿਹੜੇ ਨੈਗੇਟਿਵ ਸੋਚ ਦੇ ਨਾਲ ਆ ਰਹੇ ਆ, ਜਿਹੜੇ ਇਜ਼ੀ ਮਨੀ ਬਣਾਉਣਾ ਚਾਹੁੰਦੇ ਆ। ਇਹ ਇੱਦਾਂ ਦਾ ਇੱਥੇ ਕੁਛ ਨਹੀਂ ਹੈਗਾ, ਇੱਥੇ ਲਾਈਫ ਮਤਲਬ ਪ੍ਰੈਕਟੀਕਲ ਲਾਈਫ ਆ। ਤੁਸੀਂ ਜੇ ਸਮੇਂ ਦੀ ਕਦਰ ਕਰਦੇ ਹੋ, ਤੁਸੀਂ ਆਪਣੀ ਕਮਿਊਨਿਟੀ ਦੀ ਕਦਰ ਕਰਦੇ ਹੋ, ਤੁਸੀਂ ਇਸ ਨੇਸ਼ਨ ਦੀ ਰਿਸਪੈਕਟ ਕਰਦੇ ਹੋ, ਕਦਰ ਕਰਦੇ ਹੋ, ਆਪਣੇ ਕੰਮ ਨੂੰ ਪਿਆਰ ਕਰਦੇ ਹੋ, ਤਾਂ ਤੁਹਾਡਾ ਕਿਤੇ ਵੀ ਕਾਮਯਾਬ ਹੋਣਾ ਤੈਅ ਆ, ਤਾਂ ਨੇਚਰ ਵੀ ਤੁਹਾਡਾ ਸਾਥ ਦਿੰਦੀ ਹੈ ਜੀ। ਮਤਲਬ ਕਿ ਜਿਹੜੇ ਲੋਕ ਨੇ ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਬਿਲੀਵ ਕਰਦੇ ਨੇ, ਸੋਸ਼ਲ ਮੀਡੀਆ ਤੇ 1 ਮਿੰਟ ਦੀ ਰੀਲ ਹੁੰਦੀ ਹੈ ਪਰ ਉਹ 'ਚ ਇਨਫੋਰਮੇਸ਼ਨ ਪੂਰੀ ਨਹੀਂ ਹੁੰਦੀ ਹੈਗੀ। ਨਹੀਂ ਜੀ, ਉਹ ਨਾ ਇੱਕ ਹੋਰ ਵੀ ਉਹਦੇ 'ਚ ਪ੍ਰੋਬਲਮ ਹੈਗੀ ਗੁਰਜੀਤ ਜੀ, ਬਹੁਤ ਵੱਡੀ। ਸੋਸ਼ਲ ਮੀਡੀਆ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਰੀਲਸ ਹੈਗੀਆਂ ਨਾ, ਉਹਨਾਂ ਨੇ ਤੁਹਾਡੀ ਫੀਲਡ ਦਾ ਹੀ ਲੈ ਲਓ, 1 ਮਿੰਟ ਦੇ ਵਿੱਚ ਜਿਹੜਾ ਬੰਦਾ ਕਿਸੇ ਵੀ ਚੀਜ਼ ਦੇ ਬਾਰੇ ਇਨਫੋਰਮੇਸ਼ਨ ਦੇ ਰਿਹਾ, ਉਹਦੇ ਕੋਲ ਖੁਦ ਹੀ ਇਨਫੋਰਮੇਸ਼ਨ ਨਹੀਂ ਹੁੰਦੀ ਉਸ ਚੀਜ਼ ਦੀ, ਤਾਂ ਉਹ ਜਿਹੜੀ ਨੀਮ ਹਕੀਮ ਖਤਰੇ ਜਾਨ, ਠੀਕ ਹੈ ਨਾ। ਤਾਂ ਮਤਲਬ ਹੁਣ ਸੋਸ਼ਲ ਮੀਡੀਆ ਤੇ ਰੀਲ ਪਈ ਹੁੰਦੀ ਆ, ਗੋਡੇ ਬਦਲਦੀ ਵੀ ਰੀਲ ਪਈ ਆ, ਤਾਂ ਆਪਾਂ ਘਰੇ ਤਾਂ ਪ੍ਰੈਸ਼ਰ ਨਹੀਂ ਕਰ ਲੈਂਦੇ, ਬਿਲਕੁਲ ਠੀਕ ਆ। ਇੱਦਾਂ ਹੀ ਬਹੁਤ ਸਾਰੇ ਲੋਕ ਕਹਿੰਦੇ ਜੀ ਟੂਰਿਸਟ ਵੀਜ਼ੇ ਦੀ ਫਾਈਲ ਯੂਟਿਊਬ ਤੇ ਪਈ, ਤੁਸੀਂ ਦੇਖ ਕੇ ਘਰੇ ਲਾ ਸਕਦੇ ਹੋ, ਪਰ ਤਜਰਬਾ ਤਾਂ ਕਿਤੇ ਨਾ ਕਿਤੇ ਬੋਲਦਾ ਨਾ। ਇੱਦਾਂ ਹੀ ਹੁਣ ਤੁਹਾਡਾ ਸਵਾਲ ਕਰਨ ਦਾ ਨਜ਼ਰੀਆ, ਤੁਹਾਡਾ ਸਵਾਲ ਕਰਨ ਦਾ ਜਿਹੜਾ ਤਰੀਕਾ, ਤੁਸੀਂ ਇਸ ਇੰਡਸਟਰੀ ਨੂੰ ਟਾਈਮ ਦਿੱਤਾ, ਤੇ ਇੱਕ ਬੰਦਾ ਬਾਹਰ ਜਾ ਕੇ ਕੈਮਰਾ ਯੂਟਿਊਬ ਤੇ ਆਨ ਕਰਦਾ, ਸਟੂਡੀਓ ਦਾ ਸੈਟਅਪ ਆ, ਹਨਾ, ਕਿੰਨੇ ਬੰਦੇ ਨਾਲ ਲੱਗੇ ਹੋਏ ਨੇ, ਕਿੰਨੀ ਰਿਸਰਚ ਤੋਂ ਬਾਅਦ ਬੰਦਾ ਇੱਥੇ ਪਹੁੰਚਦਾ, ਤੇ ਹਾਊ ਇਜ਼ ਇਟ ਪੋਸੀਬਲ ਕਿ ਇੱਕ ਬੰਦਾ ਰੋਡ ਤੇ ਖੜਾ ਹੋ ਕੇ ਇਹ ਇਨਫੋਰਮੇਸ਼ਨ ਡਿਲੀਵਰ ਕਰਵਾ ਲੂਗਾ, ਠੀਕ ਹੈ। ਲੀਡਿੰਗ ਕੋਰਸ ਨੇ ਕਿੱਦਾਂ ਕਰਨੀਆਂ, ਜੇ ਇੱਦਾਂ ਹੀ ਸਾਰਾ ਕੁਝ ਹੁੰਦਾ ਹੋਵੇ ਤਾਂ ਮਾਸ ਕਮਿਊਨੀਕੇਸ਼ਨ ਦੇ ਕਿੱਡੇ ਕਿੱਡੇ ਕੋਰਸ, ਕਿੱਡੀਆਂ ਕਿੱਡੀਆਂ ਡਿਗਰੀਆਂ ਯੂਨੀਵਰਸਿਟੀਆਂ ਦੇ ਵਿੱਚ, ਫਿਰ ਪੜ੍ਹਨ ਦੀ ਜ਼ਰੂਰਤ ਨਾ ਰਹੇ, ਕਿਤੇ ਨਾ ਕਿਤੇ ਨਾ ਮਤਲਬ ਕੰਮ ਨੂੰ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜਾ ਕਰਨਾ ਨਾ, ਉਸ ਤਰੀਕੇ ਨਾਲ ਜੇ ਪੈਸਾ ਬਣਾਉਣਾ ਤਾਂ ਉਹਨਾਂ ਲਈ, ਉਹਨਾਂ ਲੋਕਾਂ ਲਈ ਕੈਨੇਡਾ, ਉਹਨਾਂ ਲੋਕਾਂ ਲਈ ਮੈਨੂੰ ਲੱਗਦਾ ਵਰਲਡ ਤੇ ਕਿਤੇ ਵੀ ਮਤਲਬ ਸਫਲਤਾ ਵਾਲਾ ਰਸਤਾ ਨਹੀਂ ਹੈਗਾ। ਬਿਲਕੁਲ, ਤੇ ਨਾਲ ਹੀ ਜਾਂਦੇ ਜਾਂਦੇ ਦਰਸ਼ਕਾਂ ਦੇ ਨਾਲ ਕੋਈ ਆਪਣੀਆਂ ਡਿਟੇਲ ਸਾਂਝੀਆਂ ਕਰ ਸਕਦੇ ਹੋ ਤੁਸੀਂ, ਤੇ ਜੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਦੇ ਸਕਦੇ ਹੋ। ਦੇਖੋ ਜੀ, ਵੈਸੇ ਤਾਂ ਲੋਕ ਬਹੁਤ ਸਿਆਣੇ ਨੇ, ਬਟ ਫਿਰ ਵੀ ਉਹ ਕਹਿੰਦੇ ਹੁੰਦੇ ਆ ਵੀ ਇੱਕ ਕੋਸ਼ਿਸ਼ ਆ, ਮੈਂ ਤਾਂ ਇਹ ਆਪਣੇ ਆਪ ਨੂੰ ਸੁਭਾਗੀ ਸਮਝੂੰਗਾ ਕਿ ਮੇਰਾ ਇਸ ਮੈਸੇਜ ਜ਼ਰੀਏ, ਮੇਰੇ ਸ਼ੋਅ ਜ਼ਰੀਏ ਜੇ ਕੋਈ ਇੱਕ ਵੀ ਸਟੂਡੈਂਟ ਦੀ ਲਾਈਫ ਸੁਧਰ ਜਾਏ ਜਾਂ ਇੱਕ ਵੀ ਕੋਈ ਪੇਰੈਂਟਸ ਗੱਲ ਮੰਨ ਲਵੇ, ਤਾਂ ਮੈਂ ਅੱਜ ਆਪਣੇ ਸਮੇਂ ਨੂੰ ਬੜਾ ਹੀ ਮਤਲਬ ਸਫਲ ਸਮਝੂੰਗਾ। ਗੱਲ ਇਸ ਤਰ੍ਹਾਂ ਦੀ, ਤੁਸੀਂ ਜਿਸ ਵੀ ਮੁਲਕ ਦਾ ਖਾਂਦੇ ਹੋ, ਮੈਂ ਤਾਂ ਕਹੂੰਗਾ ਉਸ ਦੀ ਕਦਰ ਕਰੋ, ਉੱਥੋਂ ਦੀ ਲੋਕਾਂ ਦੀ ਕਦਰ ਕਰੋ, ਉੱਥੋਂ ਦੇ ਇਨਵਾਇਰਮੈਂਟ ਦੀ ਕਦਰ ਕਰੋ, ਉੱਥੋਂ ਦੀ ਸਭਿਅਤਾ ਦੀ ਕਦਰ ਕਰੋ, ਉੱਥੋਂ ਦੇ ਕਲਚਰ ਦੀ ਕਦਰ ਕਰੋ। ਤੁਸੀਂ ਆਪਣੀ ਆਜ਼ਾਦੀ ਜ਼ਰੂਰ ਮੰਨੋ, ਪਰ ਤੁਹਾਡੀ ਆਜ਼ਾਦੀ ਕਿਸੇ ਦੀ ਆਜ਼ਾਦੀ ਦੇ ਵਿੱਚ ਰੁਕਾਵਟ ਨਾ ਬਣੇ, ਔਰ ਇੱਕ ਪੋਜ਼ਿਟਿਵ ਐਟੀਟਿਊਡ ਨਾਲ, ਇੱਕ ਚੰਗੀ ਨੀਤ ਨਾਲ ਗਰੋ ਕਰੋ, ਤਾਂ ਪਰਮਾਤਮਾ ਤੇ ਯੂਨੀਵਰਸਲ ਵੀ ਤੁਹਾਡਾ ਸਾਥ ਦਿੰਦਾ। ਧੰਨਵਾਦ ਜੀ। ਤਾਂ ਅੱਜ ਦੇ ਪ੍ਰੋਗਰਾਮ ਦੇ ਲਈ ਨਹੀਂ, ਥੈਂਕ ਯੂ ਸੋ ਮੱਚ ਸਾਡੇ ਇੱਥੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਜੀ, ਧੰਨਵਾਦ।
ਤਾਂ ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ, ਅਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਐਡਵੋਕੇਟ ਦੀਦਾਰ ਸਿੰਘ ਜੀ ਅਤੇ ਐਡਵੋਕੇਟ ਰਾਕੇਸ਼ ਸ਼ਰਮਾ ਜੀ ਮੌਜੂਦ ਸਨ, ਅਤੇ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ। ਜੇਕਰ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ ਜਾਂ ਹੋਰ ਲੋਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਯੂਟਿਊਬ ਚੈਨਲ ਦੇ ਉੱਪਰ ਜਾ ਕੇ ਇਸ ਪ੍ਰੋਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਅਤੇ ਹੋਰ ਲੋਕਾਂ ਨਾਲ ਸਾਂਝਾ ਵੀ ਕਰ ਸਕਦੇ ਹੋ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਬਣੇ ਰਹੋ ਹਮਦਰਦ ਟੀਵੀ ਦੇ ਨਾਲ। ਹੁਣ ਮਿਲਦੇ ਹੋ ਇਜਾਜ਼ਤ, ਸਤਿ ਸ਼੍ਰੀ ਅਕਾਲ।